ਲਓ ਜੀ, ਆਪਾਂ ਆ ਗਏ ਹਾਂ ਗਟੋਕੀ ਛਤਰੀਆਂ, ਮਤਲਬ ਕਿ ਜਿੰਨੇ ਵੀ ਰਾਜੇ ਮਹਾਰਾਜ ਹੋਏ ਆ ਪੁਰਾਣੇ, ਇੱਥੇ ਉਹਨਾਂ ਦੀਆਂ ਸਮਾਧੀਆਂ ਆ। ਆ ਦੇਖੋ, ਘੱਟ ਤੋਂ ਘੱਟ ਇਹ ਕਹਿੰਦੇ 350 ਤੋਂ 400 ਸਾਲ ਪੁਰਾਣਾ ਆ, ਇੰਨਾ ਕੁ ਰਿਕਾਰਡ ਸਾਡੇ ਕੋਲ ਹੈਗਾ। ਅਤੇ ਉਸ ਟਾਈਮ ਦੇਖੋ ਪਿੱਛੇ ਹੈਗਾ ਨਾਹਰਗੜ੍ਹ ਫੋਰਟ ਉੱਪਰ, ਮਿੰਟ ਆ ਦੇਖੋ ਇੱਥੋਂ ਪੌੜੀਆਂ ਆਉਂਦੀਆਂ। ਉਸ ਟਾਈਮ ਇੱਥੇ ਸਮਾਧੀ ਤੋਂ ਆਉਂਦੇ ਹੋਣੇ ਇਹ ਰਾਜੇ ਮਹਾਰਾਜੇ। ਚਲੋ ਹੁਣ ਆਪਾਂ ਅੰਦਰ ਜਾ ਕੇ ਦੇਖਦੇ ਹਾਂ। ਦੇਖੋ ਉਸ ਟਾਈਮ ਦੀ ਕਲਾਕਾਰੀ, ਇੱਧਰ ਦੀ ਬੰਦ ਕੀਤਾ ਹੋਇਆ, ਸਮਾਧੀ ਕਰਕੇ ਬੰਦ ਕੀਤਾ ਹੋਇਆ ਨਾ। ਉਸ ਟਾਈਮ ਇੱਥੇ ਸਿਪਾਹੀ ਵੀ ਬੈਠਦੇ ਹੋਣੇ ਆ ਦੇਖੋ ਨਿਗਰਾਨੀ ਵਾਸਤੇ। ਸਾਰੇ ਬੰਦ ਕੀਤਾ ਹੋਇਆ ਪਿਆ ਦੇਖੋ। ਲੋਕ ਨੀਹਾਂ ਦੇ ਨਾਮ ਨੂੰ ਲਿਖੋਗੇ ਕਲਾਕਾਰੀਆਂ। ਦੇਖੋ ਉਸ ਟਾਈਮ ਦੇ ਜਿਹੜੇ ਮਿਸਤਰੀ ਸੀ ਕਿੰਨੇ ਪਿਆਰ ਨਾਲ ਕੰਮ ਕਰਦੇ ਸੀ, ਕਿੰਨੀ ਹੱਥ 'ਚ ਕਲਾਕਾਰੀ ਸੀਗੀ। ਅਤੇ ਅੱਜ ਕੱਲ੍ਹ ਮਿਸਤਰੀ ਵੀ ਉੱਦਾਂ ਦੇ ਹੀ ਆ ਅਤੇ ਸਮਾਨ ਵੀ ਉੱਦਾਂ ਦਾ ਹੁੰਦਾ। ਦੇਖੋ ਜੇ ਮਟੀਰੀਅਲ ਵਧੀਆ ਤਾਂ ਟਿਕਿਆ ਹਜੇ ਤੱਕ, ਮਹਿੰਗਾ ਪੱਥਰ ਲੱਗਾ ਹੋਇਆ ਆ। ਅੱਜ ਕੱਲ੍ਹ ਸੀਮੈਂਟ ਵੀ ਇੱਦਾਂ ਦੀ ਆਉਂਦਾ ਆ। ਹੁਣ ਪਿੱਛੇ ਆਪਣੇ ਖਬਰ ਵੀ ਸੁਣੀ ਸੀਗੀ ਵੀ ਵਿਚਾਰੇ ਸੁੱਤੇ ਪੈਸੇ, ਉਹਨਾਂ ਦੇ ਉੱਤੇ ਕੰਧ ਡਿੱਗ ਗਈ। ਦੇਖੋ ਕੰਧ ਬਣੀ ਕਦੋਂ ਸੀ, ਡਿੱਗ ਦੋ ਗਈ ਸੁੱਤਿਆਂ ਦੇ, ਡਿੱਗ ਗਈ ਵਿਚਾਰਿਆਂ ਦੇ। ਉਹੀ ਕਹਿੰਦੇ ਮਟੀਰੀਅਲ ਵੀ ਉੱਦਾਂ ਦਾ ਆ, ਸੀਮੈਂਟ ਵਜਨ ਦੇ ਦਿੱਤਾ ਅਤੇ ਬਣਾਉਣ ਵਾਲੇ ਵੀ ਉੱਦਾਂ ਦੇ ਆ ਯਾਰ। ਕਿਆ ਕੁਆਲਿਟੀ ਚੀਜ਼ਾਂ ਨੇ। ਆ ਉੱਪਰ ਜਾਣੋ ਰਸਤਾ, ਕੜੇ ਕੁੜੇ ਸਾਰੇ ਪੁਰਾਣੇ ਆ, ਲੋਕ ਹੀ ਨਵਾਂ ਲੱਗਾ। ਅੱਗੇ ਦਰਵਾਜ਼ਾ ਪੁਰਾਣਾ ਜੀ ਬੰਦ ਕੀਤਾ ਹੋਇਆ, ਇਹ ਦੂਸਰੀ ਸਾਈਡ ਨੂੰ ਰਸਤਾ ਜਾਂਦਾ। ਬੈਟਰੀ ਵੀ ਗੋਪਰੋ ਦੀ 7% ਰਹੀ, ਆਪਾਂ ਦੂਸਰੀ ਬੈਟਰੀ ਪਾਵਾਂਗੇ ਅਤੇ ਆਪਾਂ ਇੱਧਰ ਨੂੰ ਅੱਗੇ ਨੂੰ ਜਾਂਦੇ ਹਾਂ। ਦੇਖੋ ਉਸ ਟਾਈਮ ਪਾਣੀ ਦਾ ਨਿਕਾਸ ਵੀ ਰੱਖਿਆ ਸੀ, ਉਹ ਸਿੱਧਾ ਥੱਲੇ ਵੱਲ। ਉਹ ਸਾਹਮਣੇ ਨਾਹਰਗੜ੍ਹ ਫੋਰਟ ਆਏ, ਇੱਥੋਂ ਦੀ ਪੌੜੀਆਂ ਆਉਂਦੀਆਂ ਅਤੇ ਸਿੱਧਾ ਸਮਾਧੀ ਤੱਕ ਆਉਂਦੀਆਂ। ਚਲੋ ਹੁਣ ਆਪਾਂ ਉੱਪਰ ਜਾਂਦੇ ਹਾਂ, ਇਹ ਸਾਰਾ ਆਪਾਂ ਕਵਰ ਕਰ ਲਿਆ ਅਤੇ ਫਿਰ ਆਪਾਂ ਸਿੱਧਾ ਰੂਮ ਵੱਲ ਜਾਵਾਂਗੇ। ਸਾਹਮਣੇ ਮੰਦਰ ਵੀ ਆ ਸ਼ਿਵ ਸ਼ੰਕਰ ਜੀ ਦਾ, ਇਸ ਤੋਂ ਉੱਪਰ ਵੀ ਜਾ ਸਕਦੇ ਆਪਾਂ, ਪਹਿਲੇ ਇੱਧਰੋਂ ਦੇਖ ਲਈਏ। ਆ ਦੇਖੋ ਜਿੰਨੇ ਵੀ ਰਾਜੇ ਮਹਾਰਾਜੇ ਹੋਏ ਆ ਸਾਰੇ ਦੀ ਸਮਾਧੀਆਂ ਇੱਥੇ, ਨਾਮ ਨਹੀਂ ਲਿਖੇ ਹੋਏ।
ਜਾਂਦੇ ਹਾਂ। ਦੇਖੋ ਪਿੱਛੇ ਨਜ਼ਾਰੇ ਕਿ ਨਹੀਂ ਪੂਰੇ, ਬਾਕੀ ਸਾਰੇ ਆਪਾਂ ਘੁੰਮ ਲਿਆ ਆ ਅਤੇ ਦੇਖਦੇ ਹਾਂ ਉਧਰਲੀ ਸਾਈਡ 'ਤੇ ਜਾਣ ਦਿੰਦੇ ਜਾਂ ਨਹੀਂ ਦਿੰਦੇ। ਜਿਹੜਾ ਉੱਪਰੋਂ ਦੇਖਿਆ ਸੀ ਆਪਾਂ ਦੂਸਰੀ ਸਾਈਡ ਆ, ਉਹਦੀ ਅੰਦਰ ਜਾ ਕੇ ਸਿਰ ਵੀਡੀਓ ਬਣਾਉਂਦੇ ਹਾਂ ਕਿਉਂਕਿ ਮੈਮਰੀ ਘੱਟ ਆ। ਸਵੇਰ ਦੀਆਂ ਆਪਾਂ ਫੋਟੋ ਖਿੱਚਦੇ ਸੀ, ਕਿਸੇ ਤੋਂ ਵੀ ਖਿਚਵਾਉਂਦੇ ਸੀ ਨਾ, ਵਧੀਆ ਨਹੀਂ ਆਈਆਂ। ਆਹ ਵੀਰ ਨੇ ਖਿੱਚੀਆਂ ਵਧੀਆ ਵਧੀਆ ਫੋਟੋ ਸਾਰੀਆਂ ਆਪਣੀ, ਜਿੰਨੀਆਂ ਹੁਣ ਆਪਾਂ ਪੋਸਟ ਕਰਨੀਆਂ ਜਿਹੜੀਆਂ ਵੀਰ ਨੇ ਖਿੱਚੀਆਂ ਉਹੀ ਆਪਾਂ ਪਾਉਣੀਆਂ ਆ। ਇਹ ਵਧੀਆ ਖਿੱਚੀਆਂ ਸਾਰੀਆਂ, ਹੱਥ 'ਚ ਕਲਾ ਬਈ ਬੰਦੇ ਦੇ। ਪਾਣੀ ਵਗੈਰਾ ਇਕੱਠਾ ਕਰਦੇ ਹੋ ਗਏ, ਇੱਧਰ ਉਹਦੀ ਬਹੁਤ ਜ਼ਿਆਦਾ ਵੱਡਾ ਪੜੋ ਇਹ। ਸਾਰੇ ਕਮਰੇ ਖਾਲੀ ਆ ਅਤੇ ਉਸ ਟਾਈਮ 'ਤੇ ਯਾਰ ਦੇਖੋ ਬੰਦ ਆ। ਮੇਰੇ ਹਿਸਾਬ ਨਾਲ ਉਸ ਟਾਈਮ ਇਹ ਸਪਾਹੀਆਂ ਵਾਲੇ ਹੋਣੇ ਆ, ਸਪਾਹੀ ਰਹਿੰਦੇ ਹੋਣੇ ਇੱਥੇ। ਦੇਖੋ ਆਹ ਲੋਕ ਲੱਗਾ, ਬਾਕੀ ਦੋ ਖੁੱਲ੍ਹੇ ਆ ਅਤੇ ਉੱਪਰ ਛੱਤ ਆ, ਸਪਾਹੀਆਂ ਵਾਸਤੇ ਆ। ਦੇਖੋ ਲਓ ਜੀ ਬਾਹਰ ਆ ਗਏ ਆਪਾਂ, ਹੁਣ ਬਾਈਕ 'ਤੇ ਬੈਠੀਏ ਅਤੇ ਰੂਮ ਵੱਲ ਚੱਲੀਏ। ਹਾਂ ਗੇਟ ਹੋਰ ਕੀ ਛੱਤਰੀ ਤੋਂ ਆਪਾਂ ਬਾਹਰ ਬੈਠੇ ਸੀ, ਯਾਨੀ ਕਿ ਉਹਨੂੰ ਪਾਣੀ ਦੀ ਬੋਤਲ ਲਈ ਸੀ ਅਤੇ ਮੈਂ ਪਾਣੀ ਪੀਣ ਲੱਗਾ ਅਤੇ ਇੱਥੇ ਵੀਰ ਮਿਲਿਆ ਅਤੇ ਇਹਨੂੰ ਕਾਫੀ ਨੌਲੇਜ ਹੈ ਅੰਦਰ ਬਾਰੇ ਅਤੇ ਆਪਾਂ ਇਹ ਤੋਂ ਪੁੱਛਦੇ ਹਾਂ। ਕਿਆ ਥਾ ਬਾਈ ਅੰਦਰ, ਇਹ ਕਵਰ ਕਿੰਨੇ ਸਾਲ ਪੁਰਾਣੀ ਹੈ? ਇਹ ਕਵਰ ਹੈ ਭਈਆ 700 ਸਾਲ ਪੁਰਾਣੀ ਹੈ। ਜੋ ਫਰੰਟ ਵਾਲੇ ਜੋ ਬੇਕ ਬੇਕ ਜੋ ਲਾਸਟ ਮੈਂ ਅਭੀ ਦੇਖਿਆ ਹੂੰ ਮੈਂ। ਯੈਸ ਹਾਂ ਉਹ 16 ਬੱਚੋ ਵਾਲੀ। ਹਾਂ ਜੋ ਕਬਰ ਹੈ ਉਹ ਤੋਂ 700 ਸਾਲ ਪੁਰਾਣੀ ਹੈ। ਔਰ ਇਹ ਪਿੱਛੇ ਇਹ ਫਸਟ ਪੇ ਹੈ ਨਾ, 400 ਸਾਲ ਪੁਰਾਣੀ ਹੈ ਜੇ 400 ਸਾਲ। ਹਾਂ ਔਰ ਇਹ ਸਭ ਮਾਨ ਸਿੰਘ ਕੀ ਹੈ ਜੇ ਲੈਫਟ ਹੈ। ਹਾਂ ਆਪਕੇ। ਹਾਂ ਜੋ ਇਹ ਹੈ 100 ਸੇ 120 ਸਾਲ ਪੁਰਾਣੀ। ਇਹ ਜੋ ਸਭਸੇ ਪਿੱਛੇ ਹੈ ਵੋ 700 ਸਾਲ ਪੁਰਾਣੀ, ਜੋ ਵੋ ਸਾਹਮਣੇ ਸੈਂਟਰ ਮੇਂ ਵੋ 400 ਸਾਲ ਪੁਰਾਣੀ, ਵੋ ਸੈਂਟਰ ਮੇਂ 400 ਸਾਲ ਪੁਰਾਣੀ। ਜੇ ਕਿਸ ਕੀ ਹੈ ਇਹ ਵਾਲੀ? ਇਹ ਭਵਾਨੀ ਸਿੰਘ ਕੀ। ਭਵਾਨੀ ਸਿੰਘ ਕੀ। ਔਰ ਜੇ ਇਹ ਹੈ ਮਾਨ ਸਿੰਘ। ਮਾਨ ਸਿੰਘ ਆਪਕੇ ਦਾਦਾ ਕੇ ਟਾਈਮ ਕੀ ਹੈ? ਦਾਦਾ ਕੇ ਟਾਈਮ ਕੀ ਹੈ? ਦਾਦਾ ਜੀ ਥੇ ਨਾ ਜਬ ਇਹ ਬੋਲੇ ਤੇ ਦਾਦਾ ਜੀ ਕਿ ਹਮਾਰੇ ਟਾਈਮ ਪੇ ਇਸਕਾ ਕਾਮ ਹੋ ਚੁਕਾ ਥਾ। ਹੋ ਚੁਕਾ ਥਾ। ਹਾਂ ਯਾਰ ਤਬ ਦਾਦਾ ਜੀ ਵੀ ਜਵਾਨ ਹੋ ਗਏ ਨਾ। ਨਹੀਂ ਇਹ ਛੋਟੇ ਥੇ। ਛੋਟੇ ਥੇ ਬੱਚੇ ਥੇ ਨਾ ਜੀ। ਠੀਕ ਹੈ ਠੀਕ ਹੈ। ਲਓ ਜੀ ਆਪਾਂ ਨੂੰ ਕੁਛ ਤਾਂ ਨੌਲੇਜ ਮਿਲੀ ਇੱਥੋਂ। ਕਾਫੀ ਪੁਰਾਣਾ ਮਾਰਬਲ, ਸਾਰਾ ਪੁਰਾਣਾ ਲੱਗਾ ਪੁਰਾਣਾ ਮਾਰਬਲ ਹੈ ਯਹਾਂ ਸੇ ਮਤਲਬ ਕਿ ਅਜਮੇਰ ਸੇ ਔਰ ਜੋ ਕਿਸ਼ਨਗੜ੍ਹ ਮੇਂ ਜੋ ਮਾਰਬਲ ਹੋਤਾ ਹੈ ਵੋ ਯਹਾਂ ਸੇ ਯਹਾਂ ਪੇ ਆਇਆ ਹੁਆ ਥਾ, ਮਤਲਬ ਕਿ ਊਠੋ ਸੇ ਕਈ ਗਾੜੀਓ ਸੇ ਲੇਕਰ ਆਏ ਥੇ ਪੁਰਾਣੀ ਪੁਰਾਣੀ ਚੀਜ਼ੋ ਸੇ ਪੁਰਾਣੀ ਦੁਨੀਆ ਜਬ ਜਾ ਕੇ ਇਹ ਉਦਘਾਟਨ ਹੋਤਾ ਹੈ ਯਹਾਂ ਪੇ। ਸਭੀ ਇਹ ਇਮਾਰਤ ਇਹ ਪੁਰਾਣੀ ਹੈ ਸਭੀ ਇਹ ਵਾਲੀ। ਹਾਂ ਵਧੀਆ ਨੌਲੇਜ ਬਹੁਤ ਵਧੀਆ ਦਿੱਤੀ ਇਹਨੂੰ, ਨਹੀਂ ਤਾਂ ਸਾਨੂੰ ਆਪਾਂ ਨੂੰ ਪਤਾ ਨਹੀਂ ਸੀ ਕਿਉਂਕਿ ਇੱਥੇ ਗਾਰਡ ਹੈ ਨਹੀਂ ਸੀ ਕੋਈ ਵੀ ਅਤੇ ਆਪੇ ਜੋ ਪਤਾ ਮਾੜਾ ਮੋਟਾ ਨੌਲੇਜ ਲਈ ਇੱਥੋਂ ਉਹੀ ਦੱਸ ਦਿੱਤਾ। ਗਾਰਡ ਇਤਨੀ ਨੌਲੇਜ ਨਹੀਂ ਦਿੱਤੇ ਜਿੰਨੇ ਲੋਕਲ ਦੇ ਦੇਣਗੇ। ਹਾਂ
ਲਓ ਜੀ ਚਲੀਏ ਆਪਾਂ ਰੂਮ ਵੱਲ, ਕਿਉਂਕਿ ਲਗਭਗ ਆਪਾਂ ਘੁੰਮ ਲਿਆ ਸਾਰੇ, ਹੁਣ ਕੁਛ ਰਿਹਾ ਨਹੀਂ ਹੈਗਾ। ਬਾਕੀ ਜੇ ਕੁਛ ਰਹਿ ਗਿਆ ਤਾਂ ਆਪਾਂ ਉਹ ਛੱਡ ਜਾਣਾ, ਕਿਉਂਕਿ ਜੇ ਕੁਛ ਛੱਡਾਂਗੇ ਤਾਂ ਵਾਪਸ ਆਵਾਂਗੇ। ਗੋਪਰੋ ਆਲਮੋਸਟ ਸਾਰਾ ਹੀ ਫੁੱਲ ਹੋ ਗਿਆ, ਮਤਲਬ ਕਿ ਮੈਮਰੀ ਸਾਰੀ ਫੁੱਲ ਹੋ ਗਈ ਆ, ਥੋੜ੍ਹੀ ਜਿਹੀ ਰਹਿ ਗਈ ਆ। ਚਲੋ ਰੂਮ ਵੱਲ ਵੱਧਦੇ ਹਾਂ, ਰੂਮ ਹੈਗਾ ਇੱਥੋਂ 2.5 ਕਿਲੋਮੀਟਰ ਦੂਰ। ਆਪਾਂ ਇੱਕ ਦਿਨ ਦੀ ਬੁਕਿੰਗ ਕਰਵਾ ਲਈ ਸੀ, ਮਤਲਬ ਕਿ ਅੱਜ ਰਾਤ ਦੀ, ਅੱਜ ਆਪਣਾ ਲਾਸਟ ਡੇ ਸੀ ਉੱਦਾਂ ਹੋਟਲ ਦਾ, ਅਤੇ ਹੁਣ ਕੱਲ੍ਹ ਦਾ ਦੇਖਦੇ ਹਾਂ ਕੀ ਵਿਚਾਰ ਆ, ਕੀ ਪ੍ਰੋਗਰਾਮ ਆ। ਰਾਜਸਥਾਨ ਤਾਂ ਆਪਾਂ ਆਲਰੇਡੀ ਦੇਖ ਲਿਆ, ਮੇਰਾ ਚੌਕੀਦਾਰ ਨਹੀਂ ਜਾਣ ਦਾ ਪ੍ਰੋਗਰਾਮ ਸੀ, ਬਾਕੀ ਦੇਖਦੇ ਹਾਂ। ਰੂਮ 'ਚ ਜਾਂਦੇ ਸਿੱਧਾ। ਲਓ ਜੀ ਸਾਰਾ ਕੁਛ ਆਪਾਂ ਘੁੰਮ ਲਿਆ ਆ, ਅਤੇ ਹੁਣ ਮੈਂ ਰੈਸਟ ਕਰ ਰਿਹਾ ਸੀ, ਅਤੇ ਸਵਿਗੀ ਤੋਂ ਔਡਰ ਕੀਤਾ ਖਾਣਾ, ਕਿਉਂਕਿ ਹੁਣ ਮੈਂ ਬਾਈਕ ਲੈ ਕੇ ਫਿਰ ਜਾਣਾ ਪੈਣਾ, ਇਸ ਕਰਕੇ ਮੈਂ ਇੱਥੇ ਔਡਰ ਕਰ ਲਿਆ। ਹਲੇ ਉਹਨਾਂ ਨੂੰ 30 ਮਿੰਟ ਲੱਗ ਜਾਣੇ ਆ, ਉਦੋਂ ਤੱਕ ਲਈ ਆਪਾਂ ਰੈਸਟ ਕਰੀਏ। ਔਡਰ ਆ ਗਿਆ ਆਪਣਾ, ਅਤੇ ਲੈ ਜਾਈਏ ਆਪਾਂ। ਔਡਰ ਆ ਗਿਆ ਆਪਣਾ, ਅਤੇ ਹੁਣ ਇਹ ਟੈਂਸ਼ਨ ਆਪਾਂ ਤੋਂ ਗੋਲੀਆਂ ਗੁਲੀਆਂ ਤਾਂ ਹੈ ਨਹੀਂ, ਚੱਲ ਸਵੇਰ ਦੀ ਆ ਕਿ ਦਹੀਂ ਵਾਲੀ ਗੋਲੀ ਪੇਟ 'ਚ ਹੀ ਪਾ ਕੇ ਖਾਂਦੇ ਹਾਂ, ਬਾਕੀ ਦੇਖਦੇ ਹਾਂ। ਪੈਕਿੰਗ ਦੇਖੋ, ਧਾਗਿਆਂ ਨਾਲ ਬੰਨੀ ਆ, ਚੰਗੇ ਮੇਰਾ ਰੀਲੀ ਭੇਟੀ ਹੈ ਪੂਰੀ ਲੱਗਦਾ ਇੱਥੇ। ਹਾਂ ਤਾਂ ਹੱਥ ਹੀ ਕੀਤੀ ਵੀ ਚੱਲ ਖੋਲ ਲਈਏ, ਟਾਈਮ ਲੱਗਣਾ ਇਹਨੂੰ ਖੋਲਣ ਨੂੰ, ਜਦ ਤੋਂ ਆਪਣੀ ਵੀਡੀਓ ਲੰਬੀ ਹੋ ਜਾਣੀ, ਨਹੀਂ ਤਾਂ ਮੇਰੇ ਹਿਸਾਬ ਨਾਲ ਪੂਰੇ ਕਿਲਿਆਂ ਦੀ ਨਹੀਂ ਵੀਡੀਓ ਬਣੀ ਜਾਂਦੀ, ਇਹਦੀ ਬਣ ਜਾਣੀ ਖੋਲਦੇ ਖੋਲਦੇ ਧਾਗੇ। ਮਟਰ ਪਨੀਰ, ਵਾਈਟ ਚਨੇ ਦੇ ਨਾਲ ਚੌਲ, ਸਲਾਦ ਅਤੇ ਬਟਰ ਰੋਟੀ, ਹੁਣ ਖਾ ਲਈਏ। ਲੰਗਰ ਛਕ ਲਿਆ ਆਪਾਂ, ਰਾਤ ਦੇ 8:31 ਹੋ ਗਏ ਆ, ਅਤੇ ਹੁਣ ਆਪਾਂ ਸੌਣ ਦੀਆਂ ਤਿਆਰੀਆਂ ਕਰ ਲਈਏ। ਮੋਰਨਿੰਗ ਦੀ ਮੋਰਨਿੰਗ ਦੇਖਾਂਗੇ ਕੀ ਕਰਨਾ, ਕਿੱਧਰ ਜਾਣਾ, ਅਜੇ ਕੋਈ ਪਲੈਨ ਨਹੀਂ ਹੈਗਾ, ਅਤੇ ਬਾਕੀ ਹੁਣ ਮਿਲਦੇ ਹਾਂ ਸਵੇਰੇ ਸਿੱਧਾ, ਕਿਉਂਕਿ ਥੱਕ ਬਹੁਤ ਵਾ, ਸਾਰੀ ਦਿਹਾੜੀ ਆਪਾਂ ਘੁੰਮੇ ਹੀ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ। ਚਲੋ ਮਿਲਦੇ ਹਾਂ ਮੋਰਨਿੰਗ, ਰੱਬ ਰਾਖਾ।